ਬੀਤੇ ਦਿਨ ਹੀ ਸ੍ਰੀ ਮੁਕਤਸਰ ਸਾਹਿਬ ਦੇ ਰੈੱਡ ਕਰਾਸ ਭਵਨ ਵਿੱਚ ਸਥਿਤ ਰੈੱਡ ਕਰਾਸ ਦੇ ਜਿਮ ਟ੍ਰੇਨਰ ਅਤੇ ਜ਼ਿਲ੍ਹਾ ਕਪੂਰਥਲਾ ਕਾਂਗਰਸ ਸੇਵਾ ਦੇ ਪੰਜਾਬ ਅਧਿਅਕਸ਼ ਨਿਰਮਲ ਖਹਿੜਾ ਦੀ ਅਧਿਅਕਸ਼ਤਾ ਵਿੱਚ ਕੈਂਡਲ ਮਾਰਚ ਕੱਢਿਆ ਗਿਆ। ਇਹ ਕੈਂਡਲ ਮਾਰਚ ਰੇਲ ਮਾਰਦਸੇ ਵਿੱਚ ਮਾਰੇ ਗਏ ਲੋਕਾਂ ਨੂੰ ਨਮ ਅੱਖਾਂ ਨਾਲ ਯਾਦ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਦੇ ਵਿਧਾਇਕ ਸੇਵਾ ਦਲ ਨਿਰਮਲ ਖਹਿੜਾ ਨੇ ਕਿਹਾ, ਕੱਲ੍ਹ ਜੋ ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਦੇ ਵਿੱਚ ਇੱਕ ਭਿਆਨਕ ਰੇਲ ਹਾਦਸਾ ਹੋਇਆ, ਮੈਂ ਸਮਝਦਾ ਐਸਾ ਰੇਲ ਹਾਦਸਾ ਤੁਹਾਡੇ ਦਿਲਾਂ ਦੀਆਂ ਮੈਂ ਸਮਝਦਾ ਧੜਕਣਾ ਰੋਕ ਦਿੰਦਾ, ਜੋ ਲੋਕਾਂ ਨੇ ਉਸ ਸਮੇਂ ਦੇਖਿਆ ਜਾਂ ਮੋਬਾਈਲਾਂ 'ਤੇ ਵਟਸਐਪ ਫੇਸਬੁੱਕ 'ਤੇ ਨਿਊਜ਼ ਰਾਹੀਂ ਉਦੋਂ ਲੋਕਾਂ ਨੂੰ ਪਤਾ ਲੱਗਿਆ, ਕਿਉਂਕਿ ਇਹ ਜਿਹੜਾ ਰੇਲ ਹਾਦਸਾ ਹੋਇਆ, ਕਿਉਂਕਿ ਇਹ ਹਰ ਸਾਲ ਉੱਥੇ ਪ੍ਰੋਗਰਾਮ ਕੀਤਾ ਜਾਂਦਾ, ਦੁਸਹਿਰਾ ਮਨਾਇਆ ਜਾਂਦਾ, ਉਹਨਾਂ ਨੇ ਜੋ ਦੱਸਿਆ ਕਮੇਟੀ ਨੇ ਕਿ ਅਸੀਂ ਲਿਖਣ ਦੇ ਵਿੱਚ ਵੀ ਰੇਲਵੇ ਨੂੰ ਦੱਸਿਆ ਵਾ, ਲਿਖ ਕੇ ਦਿੱਤਾ, ਪਰ ਕਿਤੇ ਨਾ ਕਿਤੇ ਜਿਹੜੀ ਕਮੀ ਆਈ ਆ ਪ੍ਰਸ਼ਾਸਨ ਵੱਲੋਂ, ਰੇਲਵੇ ਵੱਲੋਂ, ਕਿਉਂਕਿ ਐਡੀ ਪਬਲਿਕ ਹੋਣ ਦੇ ਬਾਵਜੂਦ ਜੋ ਦੱਸਦੇ ਆ 5 ਤੋਂ 7 ਹਜ਼ਾਰ ਉੱਥੇ ਬੰਦਾ ਸੀਗਾ, ਰੇਲ ਦੀ ਪਟੜੀ ਦੇ ਉੱਤੇ ਖੜ ਕੇ ਰਾਵਣ ਨੂੰ ਜਲਦਾ ਹੋਇਆ ਦੇਖ ਰਹੇ ਸਨ ਅਤੇ ਉਹਦੀ ਮੂਵੀ ਬਣਾ ਰਹੇ ਸਨ। ਉਹਨਾਂ ਦਾ ਕਸੂਰ ਕਿੰਨਾ ਸੀ? ਸਿਰਫ ਇਹੀ ਵੀ ਉਹ ਘਰੋਂ ਆਪਣੇ ਪਰਿਵਾਰ ਨਾਲ, ਆਪਣੇ ਬੱਚਿਆਂ ਨਾਲ, ਆਪਣੇ ਦੋਸਤਾਂ ਨਾਲ, ਆਪਣੇ ਮਿੱਤਰਾਂ ਨਾਲ ਦੁਸਹਿਰਾ ਦੇਖਣ ਗਏ ਸੀ, ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਨੇ ਘਰ ਹੀ ਨਹੀਂ ਵਾਪਸ ਜਾਣਾ। ਇਹਦਾ ਜ਼ਿੰਮੇਵਾਰ ਕੌਣ ਆ? ਜੋ ਵੀ ਇਹਦਾ ਜ਼ਿੰਮੇਵਾਰ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ, ਚਾਹੇ ਉਹ ਜੋ ਡਰਾਈਵਰ ਆ ਰੇਲ ਗੱਡੀ ਦਾ ਉਹ ਗੁਨਾਹਗਾਰ ਆ, ਕਿਉਂਕਿ ਕਿਤੇ ਨਾ ਕਿਤੇ ਤਾਂ ਗਲਤੀ ਆ, ਇਹ ਛੋਟੀ ਗਲਤੀ ਨਹੀਂ, ਮਾਫ਼ ਕਰਨ ਦੇ ਲਾਇਕ ਗਲਤੀ ਨਹੀਂ ਹੈਗੀ। 5 ਸੈਕਿੰਡ ਦੇ ਵਿੱਚ ਇੱਕ ਟ੍ਰੇਨ ਇੰਨੀ ਫਾਸਟ ਗੁਜ਼ਰ ਜਾਂਦੀ ਆ, ਬੜੀ ਮਾੜੀ ਗੱਲ ਆ। ਇਹ ਕੋਈ ਖੜਾਉਣੇ ਨਹੀਂ ਸੀ, ਇਨਸਾਨ ਸੀ। ਅੱਜ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਦੇਖੋ, ਉਹਨਾਂ ਦੇ ਮੁਹੱਲਿਆਂ 'ਚ ਜਾ ਕੇ ਦੇਖੋ ਕਿਵੇਂ ਹਾਹਾਕਾਰ ਮੱਚੀ ਆ ਕਈ ਲੋਕਾਂ ਦੇ। ਅੱਜ ਸਵੇਰੇ ਅਸੀਂ ਕਾਂਗਰਸ ਸੇਵਾ ਦਲ ਵੱਲੋਂ ਸਾਰਿਆਂ ਦਾ ਹਾਲ ਚਾਲ ਪੁੱਛਣ ਪਹੁੰਚੇ ਆ, ਜਿਹੜੇ ਐਡਮਿਟ ਨੇ ਉਹਨਾਂ ਨੂੰ ਜੋ ਸਮਾਨ ਆ ਉਹ ਮੁਹੱਈਆ ਕਰਾਇਆ, ਪਰ ਇਹ ਕੋਈ ਸੰਤੁਸ਼ਟੀ ਨਹੀਂ ਹੈਗੀ ਵੀ ਅਸੀਂ ਗਏ ਹਾਂ ਅਤੇ ਮੱਲਮ ਲਾਈ। ਪਰ ਇਹਦਾ ਗੁਨਾਹਗਾਰ ਕੌਣ ਆ, ਇਹਦਾ ਜ਼ਿੰਮੇਵਾਰ ਕੌਣ ਆ? ਉਹਨੂੰ ਵੱਧ ਤੋਂ ਵੱਧ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ, ਕਿਉਂਕਿ ਕਿਤੇ ਨਾ ਕਿਤੇ ਜੋ ਰੇਲਵੇ ਡਿਪਾਰਟਮੈਂਟ ਆ ਉਹਦੇ ਕੋਈ ਉਂਗਲ ਨਹੀਂ ਚੱਕਦਾ, ਉਹਨਾਂ ਦਾ ਕੋਈ ਮੈਡੀਕਲ ਨਹੀਂ ਹੁੰਦਾ। ਅਸੀਂ ਲਿਖ ਕੇ ਵੀ ਦੇਵਾਂਗੇ ਸਰਕਾਰ ਨੂੰ, ਸੈਂਟਰ ਗੌਰਮੈਂਟ ਨੂੰ, ਇਹਨਾਂ ਦੇ ਮੈਡੀਕਲ ਟੈਸਟ ਹੋਣੇ ਚਾਹੀਦੇ ਨੇ ਕਿ ਜਦੋਂ ਇਹ ਟ੍ਰੇਨ ਦੇ ਉੱਤੇ ਸਟੇਅਰਿੰਗ 'ਤੇ ਬੈਠਦੇ ਆ ਕਿ ਇਹਨਾਂ ਦਾ ਕੋਈ ਨਸ਼ਾ ਕੀਤਾ ਹੁੰਦਾ, ਕਿ ਇਹਨਾਂ ਦੀ ਸ਼ਰਾਬ ਪੀਤੀ ਹੁੰਦੀ ਆ? ਕੋਈ ਪੁੱਛਣ ਵਾਲਾ ਨਹੀਂ। ਅੱਜ ਐਡਾ ਵੱਡਾ ਜੋ ਘਟਨਾ ਵਾਪਰੀ ਆ, ਅੱਜ ਸਰਕਾਰ ਵੀ ਹਿੱਲੀ ਆ, ਸੈਂਟਰ ਗੌਰਮੈਂਟ ਵੀ ਹਿੱਲੀ ਆ, ਇਹ ਸੈਂਟਰ ਦਾ ਮਹਿਕਮਾ ਉਹ ਮੰਤਰੀ ਸਾਹਿਬ ਨੂੰ ਵੀ ਚਾਹੀਦਾ ਆਪਣੇ ਤੌਰ 'ਤੇ ਅੱਗੇ ਤੋਂ ਐਸੀ ਕੋਈ ਦੁਰਘਟਨਾ ਨਾ ਹੋਵੇ, ਜਿਹੜੇ ਸਟੇਅਰਿੰਗ 'ਤੇ ਬੈਠਦੇ ਆ ਪਤਾ ਨਹੀਂ ਉਹਨਾਂ ਦੇ ਹੱਥਾਂ ਦੇ ਵਿੱਚ ਕਿੰਨਿਆਂ ਦੀਆਂ ਜਾਨਾਂ ਨੇ, ਚਾਹੇ ਉਹ ਟ੍ਰੇਨ ਦੇ ਸਫ਼ਰ ਕਰ ਰਹੇ ਆ ਜਾਂ ਸਾਹਮਣੇ ਆ, ਇਹਦਾ ਜ਼ਿੰਮੇਵਾਰ ਕੌਣ ਆ? ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ। ਅੱਜ ਜਿਨ੍ਹਾਂ ਦੇ ਮਾਵਾਂ ਦੇ ਪੁੱਤ ਵਿਛੜ ਗਏ, ਜਿਨ੍ਹਾਂ ਦੇ ਮਾਵਾਂ 'ਚ ਨਹੀਂ ਆ ਗਈਆਂ, ਕਿਸੇ ਦਾ ਪਿਤਾ ਚਲਾ ਗਿਆ, ਕਈਆਂ ਦੇ ਤਾਂ ਪਰਿਵਾਰ ਉਜੜ ਗਏ, ਕਈਆਂ ਦਾ ਇੱਕੋ ਇੱਕ ਸਹਾਰਾ ਸੀਗਾ ਜਿਹੜਾ ਉਹਨਾਂ ਨੂੰ ਛੱਡ ਕੇ ਚਲਾ ਗਿਆ। ਲੋਕ ਬੜੇ ਪਰੇਸ਼ਾਨ ਔਰ ਦੁਖੀ ਹਨ। ਅਸੀਂ ਜਾ ਕੇ ਅੱਖੀ ਮੇਰੇ ਨਾਲ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਨਿਰਮਲ ਖਹਿੜਾ ਜੀ ਮੌਜੂਦ ਸਨ, ਸਾਡੀ ਸਮੁੱਚੀ ਟੀਮ ਪੰਜਾਬ ਦੀ ਨੁਮਾਇੰਦਗੀ ਕਰਦੇ, ਪੂਰੇ ਪੰਜਾਬ 'ਚੋਂ ਅਸੀਂ ਇਕੱਠੇ ਹੋਏ, ਕਿਸੇ ਸ਼ਹਿਰ 'ਚੋਂ 5 ਵਿਅਕਤੀ, ਕਿਸੇ 'ਚੋਂ 10 ਵਿਅਕਤੀ, ਅਸੀਂ ਸਵੇਰ ਤੋਂ ਉੱਥੇ ਲੱਗੇ ਸੀ ਔਰ 4 ਸਾਢੇ 4 ਵਜੇ ਅਸੀਂ ਕਪੂਰਥਲੇ ਦੇ ਜੈਂਟਰ ਹੋਏ ਹਾਂ। ਔਰ ਉੱਥੇ ਅੱਖੀ ਦੇਖ ਕੇ ਆਏ ਹਾਂ ਕਿ ਹੋਸਪਿਟਲ ਦੇ ਵਿੱਚ ਕੀ ਹਾਲਤ ਹੈ, ਸਮਝ ਨਹੀਂ ਆ ਰਹੀ ਕਿ ਕਿਹੜਾ ਬੰਦਾ ਕਿੱਥੇ ਪਿਆ ਹੈ, ਕਿਹੜਾ ਕਿੱਥੇ ਨਹੀਂ ਹੈ।
ਕਿੰਨੇ ਉੱਥੇ ਦੁਨੀਆ ਤੋਂ ਚਲੇ ਗਏ, ਕਿੰਨੇ ਹਾਲੇ ਹੋਰ ਸੀਰੀਅਸ ਪਏ ਆ, ਹਾਲੇ ਕੁਛ ਵੀ ਸਮਝ ਨਹੀਂ ਆ ਰਿਹਾ। ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਅੱਜ ਇਹੀ ਕਹਾਂਗਾ ਕਿ ਇਹ ਜੋ ਇੱਕ ਬਹੁਤ ਵੱਡੀ ਤ੍ਰਾਸਦੀ ਸਾਡੇ ਨਾਲ ਹੋਈ ਹੈ, ਇਹਦੇ ਲਈ ਜੋ ਵੀ ਲੋਕ ਜ਼ਿੰਮੇਦਾਰ ਹਨ, ਚਾਹੇ ਉਹ ਪ੍ਰਸ਼ਾਸਨਿਕ ਅਧਿਕਾਰੀ ਹਨ, ਚਾਹੇ ਉਹ ਰੇਲਵੇ ਦੇ ਮੁਲਾਜ਼ਮ ਹਨ, ਚਾਹੇ ਉਹ ਜਿਵੇਂ ਕੈੜਾ ਸਾਹਿਬ ਨੇ ਦੱਸਿਆ ਕਿ ਜਿਹੜਾ ਰੇਲ ਨੂੰ ਜਿਹੜਾ ਚਲਾ ਰਿਹਾ ਸੀਗਾ ਉਹਦਾ ਜੋ ਪਾਇਲਟ ਹੈ, ਡਰਾਈਵਰ ਹੈ, ਚਾਹੇ ਉਹਦੀ ਗੱਲ ਕਰ ਲਈਏ, ਅਗਰ ਕਿ ਉਹਦੀ ਜ਼ਰੂਰ ਜਾਂਚ ਹੋਣੀ ਚਾਹੀਦੀ ਹੈ ਕਿ ਉਹਨੇ ਕਿਸੇ ਤਰ੍ਹਾਂ ਦੀ ਡਰੱਗ ਜਾਂ ਨਸ਼ਾ ਤਾਂ ਨਹੀਂ ਕੀਤਾ ਹੋਇਆ ਸੀ ਜਿਹਦੇ ਕਾਰਨ ਏਡਾ ਵੱਡਾ ਹਾਦਸਾ ਵਾਪਰਿਆ ਹੈ। ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਮ੍ਰਿਤਕ ਆਤਮਾਵਾਂ ਨੂੰ ਅੱਜ ਅਸੀਂ ਸਮੁੱਚੇ ਕਾਂਗਰਸ ਪਾਰਟੀ ਵੱਲੋਂ ਔਰ ਕਾਂਗਰਸ ਸੇਵਾ ਦਲ ਵੱਲੋਂ ਸਾਡੇ ਆਲ ਇੰਡੀਆ ਚੀਫ ਔਰਗੇਨਾਈਜ਼ਰ ਲਾਲਜੀ ਦੇਸਾਈ ਜੀ ਦੇ ਦਿਸ਼ਾ ਨਿਰਦੇਸ਼ ਔਰ ਕਪੂਰਥਲਾ ਕਾਂਗਰਸ ਦੇ ਸਾਡੇ MLA ਸਾਹਿਬ ਰਾਣਾ ਗੁਰਜੀਤ ਸਿੰਘ ਜੀ, ਉਹਨਾਂ ਸਾਰਿਆਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਗੈੜਾ ਸਾਹਿਬ ਦੀ ਅਗਵਾਈ ਵਿੱਚ ਅੱਜ ਇਸ ਮ੍ਰਿਤਕ ਆਤਮਾਵਾਂ ਨੂੰ ਸ਼ਰਧਾ ਦੇ ਸੁਮਨ ਭੇਟ ਕਰਨ ਵਾਸਤੇ ਇੱਥੇ ਇਹ ਕੈਂਡਲ ਮਾਰਚ ਕੱਢਿਆ ਹੈ। ਉਧਰ ਹੀ ਰੈੱਡ ਕ੍ਰਾਸ ਦੇ ਜਿਮ ਟ੍ਰੇਨਰ ਨੇ ਇਸ ਘਟਨਾ ਲਈ ਜ਼ਿਲ੍ਹਾ ਪ੍ਰਸ਼ਾਸਨ ਰੇਲਵੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬੇਵਸੂ ਬੱਚੇ ਸਿਆਣੇ ਕਿੰਨੇ ਕਿੰਨੀਆਂ ਮੌਤਾਂ ਹੋਈਆਂ, ਬਹੁਤ ਦੁੱਖ ਦਰਦ ਸਾਨੂੰ ਇਸ ਗੱਲ ਦਾ ਵੀ ਇਹ ਕੰਮ ਹੋਣਾ ਨਹੀਂ ਚਾਹੀਦਾ, ਪਰ ਸਾਨੂੰ ਅਫਸੋਸ ਇਸ ਗੱਲ ਦੇ ਵੀ ਪ੍ਰਸ਼ਾਸਨ ਕਿਉਂ ਨਹੀਂ ਜਾਣ ਦੇ ਰਿਹਾ ਵੀ ਤੁਸੀਂ ਇੰਨੀ ਜਗ੍ਹਾ ਪਈ ਆ ਕਿਤੇ ਹੋਰ ਲਗਾ ਲਓ, ਕਿਉਂਕਿ DC ਸਾਹਿਬ ਆਪਣਾ ਮੌਕੇ ਦੇ ਜਿਹੜੇ ਮੋਹਤਵਾਰ ਬੰਦੇ ਹੈਗੇ ਆ ਉਹ ਮੌਕਾ ਦੇਖਦੇ ਆ ਵੀ ਜਗ੍ਹਾ ਲੱਗਣ ਵਾਲੇ ਇੱਥੇ ਦਸਹਿਰਾ ਲੱਗਣ ਵਾਲਾ ਕਿ ਨਹੀਂ ਲੱਗਣ ਵਾਲਾ, ਅਤੇ ਜਦੋਂ ਗੱਡੀ ਲਈ ਲੈਣ ਕੋਲ ਹੈਗੀ ਆ ਦਸਹਿਰਾ ਉੱਥੇ ਕਿਉਂ ਲਾਉਂਦੇ ਆ, ਐਡਾ ਸ਼ਹਿਰ ਕਿਤੇ ਹੋਰ ਪਾਸੇ ਲਾ ਲੈਣ, ਉਹਨਾਂ ਦੀ ਮਾੜੀ ਜਿਹੀ ਗਲੀ ਗੱਲ ਕਰਕੇ ਕਿੰਨੇ ਜਾਨਾਂ ਜਾਵੜੀਆਂ, ਕਿੰਨੇ ਜਵਾਕ ਬੱਚੇ ਕਿੰਨੇ ਵਿਧਵਾ ਹੋ ਗਏ ਮਾਂ ਪਿਓ ਤੋਂ, ਕਿੰਨਾ ਨੁਕਸਾਨ ਹੋ ਗਿਆ। ਸਾਨੂੰ ਇਸ ਗੱਲ ਦਾ ਬਹੁਤ ਦੁੱਖ ਦਰਦ ਹੈ, ਰੈੱਡ ਕ੍ਰਾਸ ਜੰਮੂ ਵੱਲੋਂ ਅਸੀਂ ਕੈਂਡਲ ਮਾਰਚ ਕੱਢ ਰਹੇ ਹਾਂ, ਬਹੁਤ ਗੱਲ ਹੈ ਇਸ ਗੱਲ ਦਾ, ਸਾਨੂੰ ਬਹੁਤ ਅਫਸੋਸ ਹੈ ਜੀ। ਬੁਲੰਦ TV ਲਈ ਕਪੂਰਥਲਾ ਤੋਂ ਨਿਰਮਲ ਸਿੰਘ ਦੀ ਰਿਪੋਰਟ, ਮੁਕਤਸਰ ਸਾਹਿਬ ਤੋਂ ਅਸ਼ਫਾਕ ਢੁੱਡੀ ਦੀ ਰਿਪੋਰਟ।